You're listening to CNN Toronto, Chawla News Network Toronto. ਇਸ ਨੰਬਰ ਨੂੰ ਡਾਇਲ ਕੀਤਾ ਜਾ ਸਕਦਾ। ਆਓ ਹਾਜ਼ਰ ਨੇ ਮਿੰਟੂ ਜੀ। ਮਿੰਟੂ ਜੀ ਵੈਲਕਮ, ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ, ਠੀਕ ਠਾਕ ਹੋ? 9058131320 ਮੋਦੀ ਤੇ ਸ਼ਾਹ ਜੀ ਹਰਿਆਣੇ ਦੇ ਵਿੱਚ ਇਸ ਵਕਤ ਵਿਆਹ ਰੱਖਿਆ ਹੋਇਆ, ਪੂਰਾ ਤਗੜਾ ਪ੍ਰਚਾਰ ਹੋ ਰਿਹਾ ਔਰ ਚੋਣਾਂ ਦੇ ਮੈਦਾਨ ਦੇ ਵਿੱਚ ਕੱਲੀ ਕੱਲੀ ਵੋਟ ਨੂੰ ਪ੍ਰਭਾਵਿਤ ਕਰਨ ਵਾਸਤੇ ਕੋਈ ਕਸਰ ਨਹੀਂ ਛੱਡਦੇ ਰਾਜਨੀਤਿਕ ਲੋਕ। ਚਾਹੁੰਦੇ ਨੇ ਕਿ ਹਰ ਵੋਟ ਉਹਨਾਂ ਦੇ ਉਮੀਦਵਾਰ ਨੂੰ ਪਵੇ, ਪਰ ਕੀ ਕਾਰਨ ਹੈ ਕਿ ਮੋਦੀ ਸ਼ਾਹ ਜੀ ਛੱਡ ਗਏ ਨੇ ਹਰਿਆਣਾ? ਦੇਖੋ, ਮੋਦੀ ਸਾਹਿਬ ਤੇ ਹੈਗੇ ਹੀ ਫਕੀਰ ਆਦਮੀ ਨੇ, ਉਹ ਕਿਸੇ ਵੇਲੇ ਵੀ ਆਪਦਾ ਝੋਲਾ ਚੁੱਕ ਕੇ ਜਾ ਸਕਦੇ। ਤਾਂ ਹਰਿਆਣੇ ਚੋਂ ਘੱਟੋ ਘੱਟ ਉਹਨਾਂ ਨੇ ਆਪਦਾ ਝੋਲਾ ਚੁੱਕ ਲਿਆ, ਕਿਉਂਕਿ ਜੋ ਨਰਿੰਦਰ ਮੋਦੀ ਜੀ ਦਾ ਇੱਕ ਸੁਨਹਿਰੀ ਸਫ਼ਰ ਸ਼ੁਰੂ ਹੋਇਆ ਸੀਗਾ, ਕਿਉਂਕਿ ਕੁਛ ਘਟਨਾਵਾਂ ਯਾਦ ਰੱਖਣੀਆਂ ਪੈਂਦੀਆਂ ਪੱਤਰਕਾਰਤਾ ਦੇ ਇਸ ਦੌਰ 'ਚ, ਕਿ ਗੱਲ ਆ ਕਿ ਜਿਹੜਾ ਸੁਨਹਿਰੀ ਦੌਰ ਸ਼ੁਰੂ ਹੋਇਆ ਸੀ ਉਹ ਹਰਿਆਣੇ 'ਚ ਹੀ ਸ਼ੁਰੂ ਹੋਇਆ ਸੀਗਾ। ਗੱਲ ਭਵਾਨੀ ਰੈਲੀ ਦੀ ਆ, ਜਦੋਂ ਪ੍ਰਧਾਨ ਮੰਤਰੀ ਕੰਪੇਨ ਸਨ, ਕੰਪੇਨ ਤੋਂ ਵੀ ਪਹਿਲਾਂ ਮੈਂ ਕਹੂੰਗਾ ਇੱਕ ਐਸੀ ਰੈਲੀ ਕੀਤੀ ਸੀ ਜਿੱਥੇ ਲੱਖਾਂ ਲੋਕ ਜੁੜੇ ਸਨ ਜਾ ਕੇ, ਤਾਂ ਉਸ ਰੈਲੀ ਨੇ ਪ੍ਰਧਾਨ ਮੰਤਰੀ ਦੀ ਤਕਦੀਰ ਬਦਲ ਦਿੱਤੀ ਸੀਗੀ, ਯਾਨੀ ਅੱਜ ਦੇ ਪ੍ਰਧਾਨ ਮੰਤਰੀ ਦੀ, ਜੋ ਉਸ ਵੇਲੇ ਫਿਰ ਇਸ ਰੈਲੀ ਤੋਂ ਬਾਅਦ ਇੱਕ ਦਾਅਵੇਦਾਰੀ ਦੀ ਦੌੜ ਚ ਆ ਗਿਆ ਸੀਗਾ। ਤਾਂ ਅੱਜ ਉਸੇ ਹਰਿਆਣੇ ਚੋਂ ਕੋਈ ਲਗਭਗ, ਕਿਉਂਕਿ ਅੱਜ ਸ਼ਾਮੀ ਹੁਣ ਇਸ ਵੇਲੇ ਇੰਡੀਆ 'ਚ 7:07 ਨੇ ਸਵੇਰ ਦੇ, ਸ਼ਾਮੀ 5-6 ਤੱਕ ਪ੍ਰਚਾਰ ਰਹਿੰਦਾ, ਯਾਨੀ ਪ੍ਰਚਾਰ ਖਤਮ ਹੋਣ ਤੋਂ ਪਹਿਲਾਂ ਸ਼ਾਹ ਸਾਹਿਬ ਅਤੇ ਮੋਦੀ ਜੀ ਦੋਵੇਂ ਆਪਣਾ ਝੋਲਾ ਚੁੱਕ ਕੇ ਹਰਿਆਣੇ ਚੋਂ ਰੁਖਸਤ ਹੋ ਚੁੱਕੇ ਆ। ਹੁਣ ਇੱਥੇ ਇਸ ਵੇਲੇ ਅੱਜ ਯੋਗੀ ਦੀ ਰੈਲੀ ਹੈ, ਕੱਲ ਸ਼ਿਵਰਾਜ ਸਿੰਘ ਦੀ ਰੈਲੀ ਸੀਗੀ, ਸ਼ਿਵਰਾਜ ਸਿੰਘ ਚੌਹਾਨ ਮਾਮਾ ਜੀ ਤੇ ਅਨੁਰਾਗ ਠਾਕੁਰ ਵਗੈਰਾ ਸਾਰੇ ਜ਼ੋਰ ਲਾ ਰਹੇ ਆ। ਤਾਂ ਇਹ ਦੋ ਮਹਾਰਥੀ ਗੁਜਰਾਤ ਲੌਬੀ, ਇਹ ਉੱਥੋਂ ਕਿਉਂ ਪਾਸੇ ਹਟ ਗਈ ਆ, ਕੀ ਤਸਵੀਰ ਸਪਸ਼ਟ ਹੋ ਗਈ ਜਾਂ ਕੁਝ ਹੋਰ ਹੈ, ਇਹਦਾ ਅੰਦਾਜ਼ਾ ਹੀ ਲੱਗ ਰਿਹਾ। ਬਾਕੀ ਸਭ ਉੱਥੇ ਬਹੁਤ ਕੁਝ ਚੱਲ ਰਿਹਾ। ਹਰਿਆਣੇ ਦਾ ਇਲੈਕਸ਼ਨ ਬੜਾ ਦਿਲਚਸਪ ਇਲੈਕਸ਼ਨ ਹੈ, ਮਤਲਬ ਕਿ ਹੁਣ ਜੋ ਲੋਕ ਇਹ ਮੰਨ ਕੇ ਚੱਲ ਰਹੇ ਆ ਕਿ ਨਹੀਂ ਨਹੀਂ ਇਹਨਾਂ ਨੇ ਸਰੈਂਡਰ ਕਰ ਦਿੱਤਾ, ਮਾਫ ਕਰਨਾ ਮੈਂ ਮੁਤਫਿਕ ਨਹੀਂ ਹਾਂ ਉਹਨਾਂ ਦੇ ਨਾਲ, ਮੈਂ ਸਹਿਮਤ ਨਹੀਂ ਹਾਂ, ਕਿ ਸ਼ਾਇਦ ਇਹਨਾਂ ਨੂੰ ਪਤਾ ਨਹੀਂ ਹੈ ਕਿ ਇਹ ਉਹ ਲੋਕ ਆ ਜਿਹੜੇ ਸਲੋਗ ਓਵਰ ਦੇ ਵਿੱਚ, ਜਿਵੇਂ ਕ੍ਰਿਕਟ ਸਲੋਗ ਓਵਰ ਕਿਹਾ ਜਾਂਦਾ ਕਿ ਸਲੋਗ ਓਵਰ 'ਚ ਬਈ ਇਹ ਤੇ ਬਿਲਕੁਲ ਹੀ ਹੌਲੀ ਬੈਟਿੰਗ ਕਰ ਰਹੇ ਆ। ਤਾਂ ਮੇਰਾ ਮੰਨਣਾ ਹੈ ਕਿ ਸਲੋਗ ਓਵਰ 'ਚ ਵੀ ਇਹ ਗੇਮ ਪਲਟਣ ਦਾ ਦਮ ਰੱਖਦੇ ਆ। ਹੁਣ ਗੇਮ ਕਿੱਦਾਂ ਪਲਟੀ ਜਾਏਗੀ, ਮੈਂ ਵੀ ਇਸ ਗੱਲ ਦੇ ਨਾਲ ਸਹਿਮਤ ਹਾਂ, ਵਾਰ ਵਾਰ ਕਹਿੰਦਾ ਕਿ ਹਰਿਆਣੇ 'ਚ ਕਾਂਗਰਸ ਬਹੁਤ ਅੱਗੇ ਆ। ਮਸਲਾ ਹੈ ਕਿ 30 ਸੀਟਾਂ ਇਸ ਤਰ੍ਹਾਂ ਦੀਆਂ ਨੇ ਜਿੱਥੇ ਬਾਗੀ ਵੀ ਆ, ਜਿੱਥੇ 3 ਧਿਰੀ ਚੋਟ ਵੀ ਆ, ਜਿੱਥੇ ਇਸ ਤੋਂ ਇਲਾਵਾ ਆਜ਼ਾਦ ਵੀ ਜਿਹੜੇ ਆ ਉਹ ਇਲੈਕਸ਼ਨ ਪ੍ਰਭਾਵਿਤ ਕਰ ਰਹੇ ਆ। ਹੁਣ ਇਹ ਜਿਹੜੀਆਂ 30 ਸੀਟਾਂ ਉਹਨਾਂ ਦਾ ਕੀ ਮਤਲਬ ਕਿ ਰੁੱਖ ਰਹੇਗਾ, ਕੀ ਹਿਸਾਬ ਕਿਤਾਬ ਹੋਏਗਾ, ਇਹ ਚੀਜ਼ਾਂ ਨੇ। ਕੁਛ ਭਾਜਪਾ ਜਿਹੜੀ ਮਜ਼ਬੂਤ ਹੈ, ਕੁਛ ਤੇ ਯਾਨੀ ਕਾਂਗਰਸ ਜਿਹੜੀ ਹੈ ਭਾਜਪਾ ਦੇ ਨਾਲ ਲਾ ਲਓ ਕਿ ਉਹ ਆਲਮੋਸਟ ਦੁੱਗਣੀਆਂ ਹੋਣਗੀਆਂ ਜਿਹਨਾਂ ਤੇ ਉਹ ਮਜ਼ਬੂਤ ਆ। ਹੁਣ ਗੇਮ ਕੀ ਹੋ ਰਹੀ ਆ, ਕੱਲ ਹੀ ਮੈਂ ਉੱਥੇ ਇੱਕ ਖਬਰ ਪੜ੍ਹ ਰਿਹਾ ਸੀਗਾ ਕਿ ਪਾਨੀਪਤ ਤੋਂ JJP ਦੇ ਉਮੀਦਵਾਰ ਜਿਹੜੇ ਆ ਰਘੁਨਾਥ ਤੰਵਰ, ਜਿੱਥੋਂ ਭਾਜਪਾ ਦੇ ਮਹੀਪਾਲ ਟਾਂਡਾ ਬਹੁਤ ਵੱਡਾ ਨਾਮ ਆ,
ਸ਼ਾਇਦ ਕੁਛ ਨਾਮ ਹਰਿਆਣੇ ਦੀ ਲੋਕਲ ਪੋਲਿਟਿਕਸ ਦੇ ਤੁਹਾਡੇ ਵੀ ਨਵੇਂ ਹੋਣਗੇ, ਪਰ ਜਦੋਂ ਇੱਥੇ ਆਪਾਂ ਦੇਖਦੇ ਹਾਂ ਤਾਂ ਇਹ ਨਾਮ ਬੜੇ ਵੱਡੇ ਨਾਮ ਹੈ। ਮਹੀਪਾਲ ਟਾਂਡਾ ਦੇ ਖਿਲਾਫ ਇਲੈਕਸ਼ਨ ਲੜ ਰਹੇ JJP ਦੇ ਰਘੂਨਾਥ ਤੰਵਰ ਰਾਤੋਂ ਰਾਤ ਬਹਿ ਜਾਂਦੇ, ਤਾਂ ਸੋਚ ਕੇ ਦੇਖੋ ਉਹ ਇੱਥੇ ਭਾਜਪਾ ਦੀ ਵੋਟ ਕੱਟ ਰਹੇ ਸੀਗੇ ਤਾਂ ਉਹ ਬੈਠ ਜਾਂਦੇ ਆ। ਹੁਣ ਇੱਥੇ ਸਾਡੇ ਨਾਲ ਦੇ ਇਲਾਕੇ ਨੇ ਜਿਹੜੇ ਹਰਿਆਣੇ ਦੇ ਸਿਰਸਾ ਹੈ, ਰਣੀਆ ਹੈ, ਐਲਨਾਬਾਦ ਆ, ਉਹ ਉੱਥੇ ਵੀ ਇਹੋ ਚਰਚਾਵਾਂ ਨੇ ਕਿ ਬਈ ਇਲੈਕਸ਼ਨ ਜਿਹੜਾ ਹੈ ਉਹ ਕੁਛ ਧਿਰਾਂ ਰਲ ਕੇ ਲੜ ਰਹੇ ਜਿਹਨਾਂ 'ਚ ਭਾਜਪਾ ਵੀ ਸ਼ਾਮਲ ਹੈ। ਮਤਲਬ ਕਿ ਕਈ ਥਾਈਂ ਇਹ ਚਰਚਾਵਾਂ ਚੱਲ ਰਹੀਆਂ ਨੇ ਕਿ ਫਾਈਨੈਂਸ ਕੀਤਾ ਜਾ ਰਿਹਾ, ਜਿੱਥੇ ਮਤਲਬ ਕਿ ਜੇ ਹੁਣ ਆਪਾਂ ਦੇਖੀਏ ਕੱਲ੍ਹ ਇੱਕ ਹੋਰ ਗੱਲ ਵਾਪਰ ਗਈ ਆ, ਆਮ ਆਦਮੀ ਪਾਰਟੀ ਦੇ ਵੀ ਇੱਕ ਉਮੀਦਵਾਰ ਨੀਲੋ ਖੇੜੀ ਤੋਂ ਸੀਗੇ ਸ਼ਾਇਦ, ਉਹ ਸਰਦਾਰ ਸਾਹਿਬ ਵੀ ਆ ਗਏ ਨੇ ਕਾਂਗਰਸ 'ਚ। ਯਾਨੀ ਉਮੀਦਵਾਰ ਰਾਤੋਂ ਰਾਤ ਬਿਠਾਏ ਜਾ ਰਹੇ, ਇਹਦਾ ਮਤਲਬ ਕੀ ਹੈ ਕਿ ਫਾਈਨੈਂਸ ਗੇਮ ਬਹੁਤ ਤਕੜੀ ਚੱਲ ਰਹੀ ਆ, ਬਹੁਤ ਤਕੜੇ ਉੱਥੇ ਕਹਿ ਲਓ ਕਿ ਪੈਂਤੜੇ ਜਿਹੜੇ ਆ ਉਹ ਅਜ਼ਮਾਏ ਜਾ ਰਹੇ। ਤਾਂ ਇਸ ਸੂਰਤ ਦੇ ਵਿੱਚ ਹਾਲੇ ਆਪਾਂ ਇਸ ਗੱਲ ਤੋਂ ਕਹਿ ਲਓ ਕਿ ਥੋੜਾ ਜਿਹਾ ਝਿਜਕ ਰਹੇ ਹਾਂ ਕਿ ਕੀ ਹੋਏਗਾ, ਉਹ ਵੋਟ ਪਰਸੈਂਟੇਜ ਤੋਂ ਬਾਅਦ ਪਤਾ ਲੱਗੇਗਾ, ਕਿਉਂਕਿ ਬੈਲਟ ਪੇਪਰ ਵੀ ਹਰਿਆਣੇ 'ਚ, ਮੇਰਾ ਮੰਨਣਾ ਹੈ ਕਿ ਬੈਲਟ ਪੇਪਰ ਵੀ, ਵੈਸੇ ਤੇ EVM ਇਲੈਕਸ਼ਨ ਹੈ, ਬੈਲਟ ਪੇਪਰ ਵੀ ਬਹੁਤ ਹੱਦ ਤੱਕ, ਕਿਉਂਕਿ ਜਿੱਥੇ 1,000, 500, 2,000 ਤੱਕ, ਕਿਉਂਕਿ ਫੌਜੀ ਬਹੁਤ ਨੇ ਤੇ ਜਿਹੜੇ ਫੌਜ ਚੋਂ ਸਰ ਆਏ ਆ ਉਹ ਤੁਹਾਨੂੰ ਦੱਸ ਸਕਦੇ ਆ ਕਿ ਜਿਹੜੀ ਇਸ ਤਰ੍ਹਾਂ ਦੀ ਵੋਟ ਹੁੰਦੀ ਆ ਨਾ ਉਹਦੇ ਵਿੱਚ ਜੋ ਕੰਪਨੀ ਕਮਾਂਡਰ ਸਾਹਿਬ ਤੇ ਜੋ ਇਹ ਆ ਉਹ ਬਹੁਤ ਕੁਛ ਕਰ ਸਕਦੇ ਹੁੰਦੇ ਆ, ਬਹੁਤ ਕੁਛ ਕਰ ਸਕਦੇ ਹੁੰਦੇ ਆ। ਸੋ ਇਸ ਵਾਸਤੇ ਮੋਦੀ ਸ਼ਾਹ ਮੈਦਾਨ ਚੋਂ ਤੇ ਹਟ ਗਏ ਤੇ ਸਾਫ਼ ਆ ਕਿ ਤਸਵੀਰ ਸਪਸ਼ਟ ਉਹਨਾਂ ਦੀਆਂ ਰੈਲੀਆਂ ਨੂੰ ਹੁੰਗਾਰਾ ਜਿਸ ਤਰ੍ਹਾਂ ਨਹੀਂ ਮਿਲਿਆ, ਮੋਦੀ ਸਾਹਿਬ ਦੀਆਂ ਰੈਲੀਆਂ ਨੂੰ ਜਿਸ ਤਰ੍ਹਾਂ ਦਾ ਠੰਡਾ ਹੋਇਆ ਪਿਆ ਇਲਾਕਾ ਖੱਟਰ ਸਾਹਿਬ ਦਾ, ਖੱਟਰ ਦੇ ਪਿੰਡ ਦੇ ਲੋਕ ਕਹਿੰਦੇ ਖੱਟਰ ਇਹ ਹਾਰ ਜਾਣਗੇ, ਖੱਟਰ ਦੇ ਪਿੰਡ ਦੇ ਲੋਕ ਕਹਿੰਦੇ ਇਹ ਨਹੀਂ ਜਿੱਤਦੇ, ਖੱਟਰ ਮੁੱਖ ਮੰਤਰੀ ਰਿਹਾ 9.5 ਸਾਲ, ਬੇੜਾ ਗਰਕ ਗਿਆ, ਪਾਣੀ ਤੱਕ ਨਹੀਂ ਸਾਡੇ ਪਿੰਡ ਨੂੰ ਮੁਹੱਈਆ ਹੋਇਆ। ਤਾਂ ਜਦੋਂ ਮੁੱਖ ਮੰਤਰੀ ਜਿਹੜਾ ਬੰਦਾ ਇੰਨਾ ਚਿਰ ਇਹਨਾਂ ਦਾ ਪਿਆਦਾ ਰਿਹਾ, ਤਾਂ ਜਿਸ ਬੰਦੇ ਕੋਲ ਪਾਣੀ ਪੀਣ ਦੇ ਅਰੇਂਜਮੈਂਟ ਨਹੀਂ ਹੋਏ ਉਹਦੇ ਪਿੰਡ ਕਿਆ ਕਹਿ ਰਿਹਾ ਹਾਰ ਜਾਣਗੇ। ਇਸ ਤੋਂ ਇਲਾਵਾ ਭਰੀ ਸਭਾ ਦੇ ਵਿੱਚ ਖੱਟਰ ਦੇ ਸਾਹਮਣੇ ਇੱਕ ਨੌਜਵਾਨ ਨੇ ਕਹਿ ਦਿੱਤਾ ਕਿ ਇੱਥੋਂ ਵਾਲਾ MLA ਨਹੀਂ ਜਾਂਦਾ, ਸਰਕਾਰ ਭਾਵੇਂ ਬਣ ਜਾਵੇ। ਸੋ ਮਤਲਬ ਕੁਲਦੀਪ ਬਿਸ਼ਨੋਈ ਹੈਰਾਨ ਰਹਿ ਗਿਆ ਮੈਂ, ਭਜਨ ਲਾਲ ਦਾ ਮੁੰਡਾ ਹੋਵੇ ਤੇ ਕੁਰਸੀਆਂ ਲੱਗੀਆਂ 15-20 ਬੰਦੇ ਬੈਠੇ ਆ 3 ਤੇ ਮਾਲਾ ਪਹਿਨਾਉਣ ਵਾਲਾ ਹੀ ਨਹੀਂ ਬੰਦਾ ਹੈਗਾ, ਕਾਰ ਚੋਂ ਆਇਆ ਨਿਕਲਿਆ ਬੰਦਾ ਜਿਹੜਾ ਨਾਲ ਹੀ ਆਇਆ ਉਹੀ ਮਾਲਾ ਪਹਿਨਾ ਰਿਹਾ, 3-4 ਬੰਦੇ ਨੇ, ਆਹ ਸੂਰਤ ਹਾਲ ਹੈ। ਪਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਅਮਿਤ ਸ਼ਾਹ ਨਰਿੰਦਰ ਮੋਦੀ ਜੇ ਉਹ ਮੈਦਾਨ ਚੋਂ ਪਾਸੇ ਗਏ ਚਲੇ ਨੇ ਸਾਹਿਬ, ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਗੇਮ ਚੋਂ ਪਾਸੇ ਆ, ਗੇਮ ਹਾਲੇ ਵੀ ਕੁਛ ਘੰਟਿਆਂ ਚ ਘੁੰਮੇਗੀ, ਜ਼ੋਰ ਪੂਰਾ ਲੱਗੇਗਾ, ਕੀ ਹੁੰਦਾ ਕੀ ਨਹੀਂ ਹੁੰਦਾ ਵੋਟ ਪਰਸੈਂਟੇਜ ਤੋਂ ਕੁਛ ਅੰਦਾਜ਼ਾ ਲੱਗ ਜਾਏਗਾ, ਉਸ ਤੋਂ ਬਾਅਦ ਅਸਲੀ ਖੇਡ ਜਿਹੜੀ ਹੈ ਉਹ 8 ਨੂੰ ਸਾਫ਼ ਹੋ ਜਾਏਗੀ, ਸਪਸ਼ਟ ਹੋ ਜਾਏਗਾ। 9058131320 9058131320 ਵੇਖ ਲਓ, ਤੁਸੀਂ ਭਜਨ ਲਾਲ ਦੀ ਗੱਲ ਕੀਤੀ ਆ, ਕਿੱਡਾ ਤਗੜਾ ਨਾਂ ਸੀ ਤੇ ਕਿੰਨਾ ਉਹ ਵੀ ਜ਼ੋਰਾਵਰ ਸੀ, ਸਮਾਂ ਕਿਉਂ ਮਿੰਟੂ ਜੀ, ਹਾਂਜੀ ਹਾਂਜੀ, ਇਹ ਲਾਲ ਸੀਗੇ ਨਾ ਹਰਿਆਣੇ ਦੇ, ਦੇਵੀ ਲਾਲ, ਇਹ ਲਾਲ ਸੀ, ਬੰਸੀ ਲਾਲ, ਇੱਕ ਕਟਾਰੀ ਇਹਨਾਂ ਦੀ ਲਾਲ ਪੋਲਿਟਿਕਸ। ਇੱਕ ਲਾਲਾਂ ਦੀ ਅਜ ਚਰਚਾ ਕੀਤੀ ਆ ਕੰਗਣਾ ਰਣੌਤ ਨੇ, ਤੇ ਇਹ ਵੀ ਲਾਲ ਸੀ,
ਇਲਾ ਲਾਲਾ ਨੇ ਸਿੱਖਾਂ ਨੂੰ ਦਿੱਲੀ ਨਹੀਂ ਸੀ ਜਾਣ ਦਿੱਤਾ 86 ਦੇ ਵਿੱਚ ਓਲੰਪਿਕ ਖੇਡਾਂ ਦੇਖਣਾ, ਯਾਦ ਆ ਤੁਹਾਨੂੰ? ਮੈਨੂੰ ਲੱਗਦਾ ਨੀਵੇਂ ਦਰਜੇ ਦਾ ਨਾ ਚੱਲਦਾ ਆਉਂਦਾ ਇੱਥੇ ਆ ਤੁਹਾਡੇ ਕੈਨੇਡਾ ਚ, ਸ਼ਾਇਦ ਬੁੱਤ ਤੋੜਿਆ ਪਿਛਲੇ ਦਿਨ ਉਹ ਕੋਈ ਫਿਲਸਤੀਨੀ ਸ਼ਾਇਦ ਝੰਡਾ ਲਾਇਆ ਗਿਆ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ, ਪਾਕਿਸਤਾਨ ਚ ਬੁੱਤ ਤੋੜ ਦਿੱਤਾ ਜਾਂਦਾ, ਇੱਥੇ ਕੀ ਆ ਇੱਥੇ ਕੋਈ ਸ਼ਾਹੀ ਡੋਲ ਗਿਆ, ਕਈ ਥਾਈ ਮਹਾਤਮਾ ਗਾਂਧੀ ਦੇ ਬੁੱਤ ਤੋੜ ਦਿੱਤੇ ਜਾਂਦੇ ਆ ਇੱਥੇ, ਹੁਣ ਕੀ ਉਹ ਕੋਈ ਸਰਿਆ ਨਹੀਂ ਤੇ ਉਹ ਜਲੰਧਰ ਦੇ ਵਿੱਚੋਂ ਉਹ ਐਨਕੀ ਲਾ ਕੇ ਲੈ ਗਿਆ ਬੁੱਤ ਤੋਂ, ਤੇ ਹੁਣ ਉਹ ਜਦੋਂ ਸਵੇਰੇ ਆਏ ਕੱਲ, ਕਿਉਂਕਿ ਹੁਣ ਇੱਥੇ ਤਾਂ 3 ਤਰੀਕ ਚੜ ਗਈ ਆ, ਤੇ ਉੱਧਰ ਜਦੋਂ ਉਹਨਾਂ ਨੇ ਵੇਖਿਆ ਕਿ 2 ਤਰੀਕ ਨੂੰ ਤੇ ਬਈ ਮਹਾਤਮਾ ਗਾਂਧੀ ਦਾ ਬਰਥਡੇ ਆ, ਮਹਾ ਸੈਲੀਬ੍ਰੇਸ਼ਨ ਹੁੰਦੀ ਆ ਸਾਡੇ ਇੱਥੇ ਤਾਂ ਬਹੁਤ ਜ਼ਿਆਦਾ ਛੁੱਟੀ ਹੁੰਦੀ ਹੈ, ਨੈਸ਼ਨਲ ਹੋਲੀਡੇ ਆ, ਤਾਂ ਜਿਸ ਵੇਲੇ ਗਏ ਉਹ ਕਹਿੰਦੇ ਕਿ ਗਾਂਧੀ ਸਾਹਿਬ ਦੀ ਤੇ ਐਨਕ ਨਹੀਂ ਲੱਭ ਰਹੇ, ਤੇ ਤੜਕੇ ਤੜਕੇ ਗਏ, ਹੁਣ ਉਦੋਂ ਤੇ ਐਨਕਾਂ ਵਾਲੇ ਵੀ ਨਹੀਂ ਸਨ, ਇਤਫਾਕਨ ਕੱਲ ਮੈਂ ਵੀ ਇੱਕ ਐਨਕ ਆਪਦੇ ਲਈ ਖਰੀਦ ਕੇ ਲਿਆ, ਤਾਂ ਚਲੋ ਉਹ ਗੱਲ ਇਹ ਆ ਕਿ ਬਈ ਉੱਥੇ ਦਵਾ ਦਵ ਕਹਿੰਦੇ ਕਿ ਵੀ ਹੁਣ ਕੀ ਕਰੀਏ, ਭੱਜ ਕੇ ਇੱਕ ਬੰਦਾ ਲਿਆਂਦਾ ਜਿਹਦੀ ਐਨਕਾਂ ਵਾਲੀ ਦੁਕਾਨ ਸੀ ਉਹਦੇ ਕੋਲ, ਹੋਰ ਜਿਹੜਾ ਮਹਾਤਮਾ ਗਾਂਧੀ ਦਾ ਚਸ਼ਮਾ ਗੋਲ ਸੀਗਾ, ਉਹਦੀ ਫਰੇਮਿੰਗ ਬੜੀ ਬਰੀਕ ਜਿਹੀ ਆ, ਤਾਂ ਇਹਨਾਂ ਨੇ ਉਹ ਕਾਲੀ ਦੇ ਵਿੱਚ ਬੁੱਤ ਵੀ ਉਦਾਂ ਦਾ ਹੀ ਆ, ਮਤਲਬ ਕਿ ਤੇ ਸਿਲਵਰ ਜਿਹਾ ਲਿਆ, ਸਿਲਵਰ ਦਾ ਲਿਆ ਕੇ ਇੱਕ ਸਿਲਵਰ ਜੇ ਰੰਗ ਦਾ ਉਹ ਲਿਆ ਕੇ ਤੇ ਚਸ਼ਮਾ ਟੰਗਤਾ ਉੱਤੇ, ਤਾਂ ਇੱਦਾਂ ਮਤਲਬ ਕਿ ਡੰਗ ਟਪਾਇਆ ਗਿਆ। ਪਰ ਇਸ ਗੱਲ ਤੋਂ ਸਾਫ਼ ਹੋ ਜਾਂਦਾ ਕਿ ਕੁਛ ਲੋਕ ਸ਼ਰਾਰਤੀ ਅੰਮ੍ਰਿਤਸਰ ਉਹ ਇੱਦਾਂ ਗੱਲਾਂ ਕਰਦੇ, ਉਹ ਵੈਸੇ ਤੇ ਅੰਮ੍ਰਿਤਸਰ ਦੇ ਵਿੱਚ ਜੇ ਦੇਖੋਗੇ ਤੁਸੀਂ ਇੱਕ ਮਹਾਤਮਾ ਗਾਂਧੀ ਦਾ ਬੁੱਤ ਲੱਗਾ ਜੇ ਮੈਂ ਨਹੀਂ ਭੁੱਲਦਾ, ਤੇ ਉਹਦੇ ਤੇ ਸ਼ੀਸ਼ਾ ਦੇਖਿਆ ਇੱਕ ਵਾਰੀ, ਮਹਾਤਮਾ ਗਾਂਧੀ ਦਾ ਬੁੱਤ ਜੇ ਇੱਥੇ ਸੁੰਨਾ ਛੱਡਿਆ ਇਹਨਾਂ ਨੇ, ਖਾਲੀ ਛੱਡਿਆ, ਪਹਿਲੀ ਗੱਲ ਤੇ ਗਲਤੀ ਇਹਨਾਂ ਦੀ, ਜਾਂ ਤਾਂ ਲਾਓ ਨਾ, ਜਾਂ ਉਹਦੇ ਉਹਦੇ ਵਾਸਤੇ ਘੱਟੋ ਘੱਟ ਕੋਈ ਸ਼ੀਸ਼ੇ ਦਾ ਫਰੇਮ ਤੇ ਲਾ ਦਿਓ। ਇੱਥੇ ਸਾਡੇ ਇੱਕ ਵਾਰੀ ਇਨਕਲਾਬੀ ਆਏ ਨੇ, ਸਾਡੇ ਇੱਥੇ ਇਹਨਾਂ ਨੇ ਨਾ ਸੋਰੀ ਭਗਤ ਸਿੰਘ ਦਾ ਬੁੱਤ ਲਾਤਾ ਛੋਟਾ ਜਿਹਾ, ਆ ਉੱਤੋਂ ਛਾਤੀ ਤੋਂ ਬਸ ਛੋਟਾ ਜਿਹਾ, ਤੇ ਉਹ ਉਹਦਾ ਮੂੰਹ ਲਹਿੰਦੇ ਵਾਲੇ ਪਾਸੇ ਕਰ ਦਿੱਤਾ, ਸ਼ਹਿਰ ਚੜ੍ਹਦੇ ਵਾਲੇ ਪਾਸੇ, ਤੇ ਲੋਕਾਂ ਨੇ ਬੜੀਆਂ ਲਾਂਤਾਂ ਪਾਈਆਂ, ਤੇ ਫਿਰ ਦੂਜੇ ਦਿਨ ਕਹਿੰਦੇ ਵੀ ਭਗਤ ਸਿੰਘ ਘੁੰਮ ਗਿਆ, ਉਹਨੂੰ ਦੂਜੇ ਤੀਜੇ ਦਿਨ ਫਿਰ ਤੋੜ ਕੇ ਤੇ ਉੱਧਰ ਨੂੰ ਕਰ ਦਿੱਤਾ। ਸੋ ਇਹ ਚੀਜ਼ਾਂ ਹੁੰਦੀਆਂ, ਬਿਲਕੁਲ ਬਿਲਕੁਲ ਇਹ ਹੁੰਦੀਆਂ, ਤਾਂ ਗੱਲ ਇਹ ਆ ਕਿ ਇਹ ਸਭ ਕੁਛ ਨਹੀਂ ਹੋਣਾ ਚਾਹੀਦਾ। ਵੈਸੇ ਇਹਦੇ ਤੋਂ ਵੀ ਵੱਡਾ ਵਿਵਾਦ ਕੱਲ ਕੰਗਣਾ ਨੇ ਸਹੇੜ ਦਿੱਤਾ, ਉਹਨੇ ਜਿਹੜੀਆਂ ਗੱਲਾਂ ਕਹੀਆਂ ਉਹ ਫਿਰ ਇੱਥੋਂ ਤੱਕ ਕਿ ਹਰਜੀਤ ਸਿੰਘ ਗਰੇਵਾਲ ਜਿਹੜੇ ਇੱਥੋਂ ਦੇ ਸੀਨੀਅਰ ਲੀਡਰ ਹੈ ਭਾਜਪਾ ਦੇ, ਉਹ ਕਹਿੰਦੇ ਬਾਈ ਅਸੀਂ ਤੇ ਇਹਦੀਆਂ ਸਫਾਈਆਂ ਦੇ ਦੇ ਕੇ ਥੱਕ ਗਏ, ਰੱਬ ਇਹਨੂੰ ਅਕਲ ਦੇ ਦੇਵੇ ਤੇ ਜੀ। ਕਾਲਰ ਨੇ ਮੇਰੇ ਨਾਲ ਔਰ ਜਿਹੜੇ ਮਲਕ ਸਾਹਿਬ ਨੇ ਉਹ ਤਾਂ ਕਹਿੰਦੇ ਨੇ ਵੀ ਮੈਂ ਤਾਂ ਨਾਂ ਨਹੀਂ ਲੈਣਾ ਚਾਹੁੰਦਾ, ਜ਼ਬਾਨ ਗੰਦੀ ਹੋ ਜਾਂਦੀ ਇਹਦਾ ਨਾਂ ਲੈਣ 'ਤੇ, ਕਿੰਨਾ ਤਗੜਾ ਇੱਕੋ ਬਿਆਨ ਦੇ ਵਿੱਚ ਉਹਨੂੰ ਲਪੇਟ ਗਿਆ ਉਹ। ਖੈਰ ਮੇਰੇ ਨਾਲ ਕਾਲਰ ਨੇ, ਵੈਲਕਮ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਫਰੀਦਾਬਾਦ ਬੈਲਟ ਹੈ, ਤੁਹਾਨੂੰ ਪਤਾ ਹੀ ਆ ਇਹ ਜਿਹੜੀ ਬੈਲਟ ਆ ਉਹ ਬੇਸਿਕਲੀ ਭਾਜਪਾ ਦੇ ਜ਼ੋਰ ਵਾਲੀ ਆ। ਅੱਜ ਉੱਥੇ ਰਾਹੁਲ ਗਾਂਧੀ ਹੁਣ ਆਖਰੀ ਹੱਲੇ 'ਚ ਆ, ਆਖਰੀ ਹੱਲਾ ਹੈ ਕਿ ਮਤਲਬ ਹੁਣ ਜਿਵੇਂ ਨਰਿੰਦਰ ਮੋਦੀ ਅਮਿਤ ਸ਼ਾਹ ਦੀ ਆਪਾਂ ਗੱਲ ਕੀਤੀ ਆ, ਤਾਂ ਬੈਲਟਾਂ 3 ਨੇ, ਜਾਟਲੈਂਡ ਹੈ, ਤੁਸੀਂ ਮੈਨੂੰ ਲੱਗਦਾ ਹਰਿਆਣੇ ਦੀ ਭੂਗੋਲਿਕ ਸਥਿਤੀ ਤੋਂ ਵਾਕਫ ਹੋਵੋਗੇ,
ਜਾਟਲੈਂਡ ਆ ਗਿਆ, ਜਾਟਲੈਂਡ ਨੋ ਡਾਊਟ ਕਾਂਗਰਸ ਮਜ਼ਬੂਤ ਹੈ, ਵਨ ਸਾਈਡਡ ਗੇਮ ਹੈ। ਜੀ ਟੀ ਰੋਡ ਤੇ ਸਦਰਨ ਪਾਰਟ ਅਹੀਰਵਾਲ ਬੈਲਟ ਆ ਗਈ ਜਿਹੜੀ ਖਾਸ ਤੌਰ ਤੇ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ, ਕੁਛ ਇਲਾਕੇ ਆ ਗਏ ਤਾਂ ਇਹ ਇਹਦੇ ਚ ਹੁਣ ਅੱਜ ਆਖਰੀ ਹੱਲਾ ਅਹੀਰਵਾਲ ਬੈਲਟ ਦੇ ਵਿੱਚ ਹੀ ਆ, ਇਸ ਸਾਈਡ ਹੀ ਆ, ਤਾਂ ਉਹਦਾ ਕਿੰਨਾ ਕੁ ਅਸਰ ਹੋਏਗਾ? ਕਿਉਂਕਿ ਇੱਥੇ ਰਾਓ ਇੰਦਰਜੀਤ ਸਿੰਘ ਦਾ ਬਹੁਤ ਜ਼ਿਆਦਾ ਜ਼ੋਰ ਆ, ਜਿਹੜੇ ਕਿ ਭਾਜਪਾ ਨੂੰ ਵੋਟਾਂ ਪਰੋਸਦੇ ਆ ਥਾਲੀ ਚ, ਕਿ ਉਸ ਥਾਲੀ ਨੂੰ ਸੰਨ ਲੱਗ ਸਕੇ, ਇਹ ਵੱਡੀ ਗੱਲ ਆ, ਇਹਦੇ ਤੇ ਇੱਕ ਵੱਡਾ ਸਵਾਲ ਹੈ। ਸੋ ਰਾਹੁਲ ਗਾਂਧੀ ਦੀ ਸਟ੍ਰੈਟਜੀ ਇਹੋ ਆ ਕਿ ਆ ਜਿਹੜਾ ਐਂਡ ਵਾਲਾ ਟਾਈਮ ਆ, ਜਿੱਥੇ ਕੋਈ ਕਸਰ ਰਹਿੰਦੀ ਆ, ਇਹਨੂੰ ਆਪਾਂ ਕੱਢ ਕੇ ਤੇ ਲੈ ਜਾਈਏ 60 ਦੇ ਨੇੜੇ ਤੇੜੇ, ਯਾਨੀ 55 ਤੋਂ 65, ਇਹਨਾਂ ਦਾ ਟਾਰਗੇਟ। ਭਾਜਪਾ ਕਹਿੰਦੀ ਆ ਕਿ ਜੇ ਮਿੱਤਰੋ ਇਹਨਾਂ ਨੂੰ 45 ਤੋਂ 55 ਦੇ ਵਿਚਾਲੇ ਰੱਖ ਲਿਆ ਨਾ, ਫਿਰ ਨੀ ਇਹਨਾਂ ਨੂੰ ਚੱਲਣ ਦੇ। ਸੋ ਆਹੀ ਉੱਥੇ ਗੇਮ ਚੱਲ ਰਹੀ ਆ, ਗੇਮ ਕਾਫੀ ਵੱਡੀ ਆ, ਤੇ ਜਿਹੜੀ ਸੀਟ ਦਾ ਤੁਸੀਂ ਜ਼ਿਕਰ ਕੀਤਾ ਕਿ ਇਹ ਭਾਜਪਾ ਦੇ ਜ਼ੋਰ ਵਾਲੀ ਲੱਗਦੀ ਆ, ਪਰ ਐਤਕੀ ਜਿਵੇਂ ਆ ਕਿ ਭਾਜਪਾ ਦਾ ਉਹ ਪਾਣੀ ਹੈ ਨੀ ਗਾ, ਸਿਖਰ ਵਾਲਾ ਪਾਣੀ ਹੈ ਨੀ ਗਾ, ਉਹ ਲੱਥਾ। ਅੱਛਾ ਮਿੰਟੂ ਜੀ, ਇੱਕ ਕੱਲ੍ਹ ਵੀ ਗੱਲ ਕੀਤੀ ਸੀਗੀ ਜਿਹੜੀ ਮੀਡੀਆ ਦੇ ਵਿੱਚ ਚਰਚਾ ਸੀ, 5 ਪਹਿਲਾਂ ਮੰਤਰੀ ਬਦਲੇ ਗਏ, ਦਿੱਲੀਓਂ ਲੈਟਰ ਆਇਆ, ਔਰ ਮਾਨ ਸਾਹਿਬ ਦਾ OSD, ਅਤੇ ਅੱਜ ਮਾਨ ਸਾਹਿਬ ਦੀ ਇੱਕ ਹੋਰ ਬਾਂਹ ਰੋੜ ਦਿੱਤੀ ਗਈ, ਖਾਸ ਤੌਰ 'ਤੇ ਮਾਨ ਸਾਹਿਬ ਦੀਆਂ ਹੀ ਬਾਂਹ ਰੋਣੀ ਗਈ। ਉਹ ਬੰਦਾ ਸਵੇਰੇ ਆਇਆ, ਉਹਨੂੰ ਪਤਾ ਉਦੋਂ ਲੱਗਾ ਵੀ ਭਾਈ ਸਾਹਿਬ ਚਾਬੀ ਦੇ ਦਿਓ ਕਾਰ ਦੀ। ਮਾਨ ਸਾਹਿਬ ਦਾ ਇੱਕ ਹੋਰ ਦੁਲਾਰਾ ਨਜ਼ਦੀਕੀ ਖਾਸਮ ਖਾਸ ਉਹਦੀ ਛੁੱਟੀ ਹੋਈ ਹੈ, ਔਰ ਕਹਿੰਦੇ ਕਿ ਖੱਤ ਦਿੱਲੀਓਂ ਆਇਆ। ਦੇਖੋ ਚਾਵਲਾ ਸਾਹਿਬ, ਇਹ ਜਿਹੜੀ ਜਾਣਕਾਰੀ ਦਿੱਤੀ ਸੀ ਇਹ ਅਜੀਤ ਅਖਬਾਰ ਨੇ ਦਿੱਤੀ ਸੀ, ਅਸੀਂ ਜਿਹੜੀ ਕੱਲ ਗੱਲਬਾਤ ਕੀਤੀ ਸੀ ਤਾਂ ਉਹਦੇ ਚ ਜੋ ਸਾਨੂੰ ਸਾਡੇ ਵਸੀਲਿਆਂ ਤੋਂ ਪਤਾ ਲੱਗਿਆ, ਕਿਉਂਕਿ ਹਰੇਕ ਦੇ ਵਸੀਲੇ ਹੁੰਦੇ ਆ, ਤਾਂ ਸਾਨੂੰ ਜਿਹੜੀ ਜਾਣਕਾਰੀ ਦਿੱਤੀ ਗਈ ਸੀਗੀ ਉਹ ਇਹ ਸੀ ਕਿ ਰਾਤ 8 ਵਜੇ ਹੀ ਵਟਸਐਪ ਤੇ ਮੈਸੇਜ ਆ ਗਿਆ ਸੀ, ਤਾਂ ਉਸ ਤੋਂ ਬਾਅਦ ਉਕਤ ਸ਼ਖਸ ਜਿਹੜੇ ਕਿ ਮੀਡੀਆ ਤੋਂ ਨੇ, ਇਤਫਾਕਰ ਮੈਂ ਖੁਦ ਬਹੁਤ ਤਕੜੇ ਐਂਕਰ ਗਿਣਦਾ, ਮੈਂ ਉਹਨਾਂ ਨੂੰ ਬਹੁਤ ਬਹੁਤ ਬ੍ਰਿਲੀਅੰਟ ਟੈਲੈਂਟ ਹੈ ਮੁੰਡੇ ਚ, ਤੇ ਮੈਂ ਖੁਦ ਉਹਦੀਆਂ ਡਿਬੇਟਾਂ ਚ ਵੀ ਗਿਆ ਕਈ ਵਾਰ, ਕਿਉਂਕਿ ਪਹਿਲਾਂ ਉਹ ਹੋਸਟ ਸੀਗੇ ਬਹੁਤ ਵੱਡੇ ਚੈਨਲ ਤੇ। ਤਾਂ ਗੱਲ ਇਹ ਆ ਕਿ ਉਸ ਤੋਂ ਬਾਅਦ ਉਕਤ ਜੋ ਸ਼ਖਸ ਸੀਗਾ ਕਮਿਊਨੀਕੇਸ਼ਨ ਡਾਇਰੈਕਟਰ, ਤਾਂ ਉਸਨੇ ਵਟਸਐਪ ਗਰੁੱਪ ਰਾਤ ਹੀ ਛੱਡਦੇ ਸੀ, ਜਿੰਨੇ ਇਹਨਾਂ ਦੇ ਵਟਸਐਪ ਗਰੁੱਪ ਸੀ ਰਾਤ ਹੀ ਛੱਡ ਦਿੱਤੇ ਸੀਗੇ। DGP ਤੱਕ ਵੀ ਉਹਨਾਂ ਨੇ ਗੱਲ ਕਰਕੇ ਕਿ ਬਾਈ ਸਾਹਿਬ ਆਪਦੇ ਗਨਮੈਨ ਲੈ ਲਓ। ਤੇ ਦੂਜੀ ਗੱਲ ਹੈ ਕਿ ਜੋ ਮੀਡੀਆ ਚ ਇਹ ਚੀਜ਼ਾਂ ਆ ਰਹੀਆਂ ਕਿ ਅਸਤੀਫਾ ਹੋਇਆ, ਅਸਤੀਫਾ ਨਹੀਂ ਹੋਇਆ, ਟਰਮੀਨੇਟ ਕੀਤਾ ਗਿਆ, ਜੋ ਸਾਨੂੰ ਪਤਾ ਲੱਗਿਆ। ਹੁਣ ਟਰਮੀਨੇਟ ਕਿਸਨੇ ਕੀਤਾ ਉਹਦਾ ਅੱਧ ਪੱਚਾ ਤਾਂ ਤੁਸੀਂ ਦੱਸ ਦਿੱਤਾ, ਕਿਉਂਕਿ CM ਸਾਹਿਬ ਤੇ ਆਪਣੇ ਵਫਾਦਾਰ ਬੰਦਿਆਂ ਨੂੰ ਨਹੀਂ ਨਾ ਕੱਢਣਗੇ, ਬਿਲਕੁਲ ਇਹ CM ਸਾਹਿਬ ਕੱਢਣਗੇ ਸਾਹਿਬ, ਤਾਂ ਉਹ ਤਾਂ ਉੱਚੀ ਉੱਚੀ ਰੌਲਾ ਪਾ ਕੇ ਕੱਢਣਗੇ ਫਿਰ ਕਿ ਬਾਈ ਆਹ ਬੰਦਾ ਗਲਤ ਆ, ਮੈਂ ਇਸ ਨੂੰ ਆਪਣੀ ਟੀਮ ਚੋਂ ਛਾਂਗ ਦਿੱਤਾ। ਸੋ ਇਸ ਵਾਸਤੇ ਇਹ ਸਾਫ਼ ਹੈ, ਸਪਸ਼ਟ ਹੈ ਕਿ ਉੱਤੋਂ ਹੀ ਹਦਾਇਤ ਆਈ ਆ, ਤੇ ਬਾਕੀ ਜਿਹੜੀਆਂ ਖਬਰਾਂ, ਚਲੋ ਚਰਚਾਵਾਂ ਚੱਲਦੀਆਂ ਰਹਿੰਦੀਆਂ, ਇਸ ਚੱਲਣ ਦਿਓ, ਕੋਈ ਵੱਡੀ ਗੱਲ ਨਹੀਂ, ਪਰ ਮਸਲਾ ਇਹ ਹੈ। ਹਾਂਜੀ, ਕੱਲ ਤੱਕ ਹੋਰ ਅਪਡੇਟ ਆਜੂਗੀ ਨਿਖਰ ਕੇ। ਜੀ 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 ਨਹੀਂ, ਚਲੋ ਮੈਂ ਕੋਈ ਗੱਲ ਰੱਦ ਨਹੀਂ ਕਰਦਾ ਸਾਹਿਬ, ਮੈਂ ਤੇ ਜਿਹੜੀ ਮੈਂ ਖੁਦ ਗੱਲ ਕੀਤੀ ਹੈ ਜੋ ਮੇਰੇ CMO ਦੇ ਸੋਰਸਸ ਸੀਗੇ ਜੋ ਉੱਥੇ ਵਾਪਰਿਆ, ਮੈਂ ਤੁਹਾਨੂੰ ਉਹ ਰਿਪੋਰਟ ਕਰ ਰਿਹਾ। ਅੱਛਾ ਹੋਰ ਆ ਜਾਵੇ, ਉਹਦਾ ਵੀ ਸਵਾਗਤ ਹੈ। ਇੱਕ ਕਾਲਰ ਨੇ ਉਹਦੇ ਚ ਕੀ ਹੈ? ਹਾਂਜੀ ਹਾਂਜੀ, ਲਓ ਪਹਿਲਾਂ ਕਾਲਰ ਨੂੰ ਵੇਖਣਾ ਹੋਵੇਗਾ ਕਿ ਅਗਲੀ ਵਾਰੀ ਕਿਹਦੀ ਹੈ। ਵੈਲਕਮ ਜੀ, ਪਲੀਜ਼, ਸਤਿ ਸ੍ਰੀ ਅਕਾਲ। ਚਾਵਲਾ ਸਾਹਿਬ ਸਤਿ ਸ੍ਰੀ ਅਕਾਲ, ਅਰਸ਼ ਨੂੰ ਮੈਂ ਵਧਾਈ ਦੇਤੀ ਸੀ
ਤੁਹਾਨੂੰ ਮੈਂ ਥੋੜੀ ਲੇਟ ਵਧਾਈ ਦੇ ਰਿਹਾ, ਪਰਮਾਤਮਾ ਪੋਤੇ ਦੀ ਵਧਾਈ ਦੇ ਰਿਹਾ, ਪਰਮਾਤਮਾ ਜੋੜੀ ਬਣਾਵੇ, ਭਾਵੇਂ ਭੈਣ ਭਰਾਵਾਂ ਦੀ ਜੋੜੀ ਹੋਵੇ। ਗੁਰੂ ਸੱਜਿਆ ਜੀ, ਸਵਾਲ ਇਹ ਹੈ, ਤੁਸੀਂ ਹੁਣੇ ਕਿਹਾ ਨਾ ਕੁਝ ਹੋਰ ਵੀ ਹੈ, ਪਤਾ ਇਹ ਚੱਲਿਆ ਵੀ ਨਾਨਕਪੁਰ ਮੀਟਿੰਗ ਹੋਈ, ਇਹਨਾਂ ਦੋਨਾਂ ਨੂੰ ਸੱਦਿਆ ਹੀ ਨੀ ਗਿਆ, ਕੀ ਇਹ ਸਹੀ ਹੈ ਜਾਂ ਗਲਤ ਹੈ? ਦੇਖੋ, ਜਿੰਨੀ ਕੁ ਮੇਰੇ ਕੋਲ ਇਨਫੋਰਮੇਸ਼ਨ ਹੈ ਕਿ RSS ਦੇ ਜਿਹੜੇ ਇਸ ਵੇਲੇ ਪੱਤੇ ਆ ਉਹ ਤਕਰੀਬਨ ਖੁੱਲ ਰਹੇ ਆ, ਤੇ ਵਸੁੰਧਰਾ ਰਾਜੇ ਸਿੰਧੀਆ ਨੂੰ ਮਤਲਬ ਕਿ ਹੁਣ ਤੁਸੀਂ ਸਮਝ ਲਓ ਕਿ ਪ੍ਰਧਾਨ ਬਣਾਇਆ ਜਾ ਸਕਦਾ ਭਾਜਪਾ ਦਾ, ਤੇ ਇਹ ਜਿਹੜੇ ਦੋਵੇਂ ਆ ਇਹ ਇਸ ਵੇਲੇ ਦੀ ਇੱਕ ਵੱਡੀ ਖਬਰ ਹੈ ਕਿ ਵਸੁੰਧਰਾ ਰਾਜੇ ਸਿੰਧੀਆ ਦਾ ਨਾਂ ਸ਼ਾਰਟ ਲਿਸਟ ਕਰ ਦਿੱਤਾ ਗਿਆ। ਬਿਲਕੁਲ ਤੁਹਾਡੀ ਜਾਣਕਾਰੀ ਦਰੁਸਤ ਆ ਕਿ ਨਾਗਪੁਰ ਖੇਮਾ ਜਿਹੜਾ ਉਹ ਬਿਲਕੁਲ ਲੀਕ ਖਿੱਚ ਕੇ ਚੱਲ ਰਿਹਾ ਕਿ ਪ੍ਰਧਾਨ ਮੰਤਰੀ ਦਾ ਅਹੁਦਾ ਰੱਖੋ ਪਰ ਪ੍ਰਧਾਨ ਸਾਡਾ ਹੋਏਗਾ। ਤਾਂ ਪ੍ਰਧਾਨ ਬਣਨ ਦਾ ਮਤਲਬ ਕੀ ਹੈ ਕਿ ਇਹ ਬਿਲਕੁਲ ਛਾਂਗੇ ਜਾਣਗੇ, ਸੰਗਠਨ ਜਿਹੜਾ ਉਹ ਨਵੇਂ ਸਿਰੇ ਤੋਂ ਸਿਰਜਣਾਤਮਕ ਦਿਸ਼ਾ ਲਵੇਗਾ, ਸਟੇਟਾਂ 'ਚ ਕਿੰਨੇ ਕੰਮ ਕਰਨਾ ਕਿੰਨੇ ਨਹੀਂ ਕਰਨਾ, ਸਮਝਦੇ ਹੋ ਨਾ ਤੁਸੀਂ, ਸਾਰਾ ਨੈਟਵਰਕ ਹੀ ਬਦਲਿਆ ਜਾਏਗਾ। ਤਾਂ ਇਹ ਹੁਣ ਸੰਜੇ ਜੋਸ਼ੀ ਦਾ ਨਾਮ ਚੱਲ ਰਿਹਾ ਸੀ ਪਹਿਲਾਂ, ਜਿਹੜੇ ਕਿ ਕੱਟੜ ਕਹਿ ਲਓ ਕਿ ਇਹਨਾਂ ਦੇ ਕਹਿ ਸਕਦੇ ਹਾਂ ਆਪਾਂ ਸ਼ਰੀਕਾ, ਜਿਵੇਂ ਕਹਿ ਲਓ ਸਿਆਸੀ ਸ਼ਰੀਕਾ, ਕਦੇ ਮਿੱਤਰ ਸਨ ਮੋਦੀ ਸਾਹਿਬ ਦੇ। ਤਾਂ ਇਸ ਵੇਲੇ ਜਿੰਨੀ ਕੁ ਮੈਨੂੰ ਜਾਣਕਾਰੀ ਆ ਕਿ ਵਸੁੰਧਰਾ ਰਾਜੇ ਦਾ ਨਾਮ ਬਹੁਤ ਜਾਂ ਕਹਿ ਲਓ ਕਿ ਟੌਪ ਤੇ ਚੱਲ ਰਿਹਾ, ਬਿਲਕੁਲ ਬਸ ਫਾਈਨਲ ਹੋਣਾ ਲੱਗ ਪਾ ਗਿਆ, ਐਲਾਨ ਹੋਣਾ ਬਾਕੀ ਹੈ। ਤਾਂ ਵਸੁੰਧਰਾ ਰਾਜੇ ਵੀ ਤੁਹਾਨੂੰ ਪਤਾ, ਵੈਸੇ ਮੈਂ ਮੰਨਦਾ ਕਿ ਪ੍ਰਧਾਨ ਵਸੁੰਧਰਾ ਰਾਜੇ ਇਸ ਟਾਈਪ ਦੀ ਆ ਜਿਵੇਂ ਲਾ ਲਓ ਕਿ ਵੈਸੇ ਓੜਮੇ ਕੋੜਮੇ ਚ ਵੀ ਆ ਸਾਰੇ ਰਿਸ਼ਤੇਦਾਰ ਆਪਸ ਦੇ ਵਿੱਚ, ਕੈਪਟਨ ਅਮਰਿੰਦਰ ਸਿੰਘ ਹੋਰੀ, ਜਿਹੜੇ ਜਿਹੜਾ ਪ੍ਰਧਾਨ ਪ੍ਰਧਾਨ ਹੋਏਗਾ ਨਾ ਭਾਜਪਾ ਦਾ, ਉਹ ਇਹ ਹੋਆ ਕਿ ਉਹ ਕੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕਾਬਲੀਅਤ ਰੱਖਦਾ। ਤਾਂ ਵਸੁੰਧਰਾ ਰਾਜੇ ਹੈਗੀ ਔਰ ਰਾਜ ਘਰਾਣੇ ਚੋਂ, ਉਹਨਾਂ ਦਾ ਤੁਹਾਨੂੰ ਪਤਾ ਆਕੜ ਵਾਲਾ ਜਿਹੜਾ ਰਵੱਈਆ ਨਾ ਉਹੀ ਇੱਕ ਅੜਚਨ ਬਣ ਸਕਦਾ, ਬਿਲਕੁਲ ਅਦਰਵਾਈਜ਼ ਬਾਕੀ ਸਭ ਕੁਝ ਠੀਕ ਹੈ ਜੀ। ਜੀ ਮਿੰਟ ਜੀ, ਮੈਂ ਸਵਾਲ ਹੈਗਾ ਕਿ ਅੱਜ ਖਬਰਾਂ 'ਚ ਹੈਗਾ ਕਿ ਰੋਕਿਆ ਜਾਣਗੀਆਂ, ਗੱਲ ਪੂਰੀ ਕਰਨਾ ਜੀ, ਕਰੋ ਜੀ। ਹਾਂਜੀ ਹਾਂਜੀ, ਤਾਂ ਉਹ ਆਪਾਂ ਗੱਲ ਕਰ ਰਹੇ ਸੀਗੇ ਕਿ ਛੁੱਟੀ ਜਿੱਥੋਂ ਹੋਈ ਆ ਉਹ ਤੁਹਾਨੂੰ ਮੈਂ ਦੱਸ ਦਿੱਤਾ ਕਿ ਟਰਮੀਨੇਟ ਕੀਤਾ ਗਿਆ, ਅਸਤੀਫੇ ਦੀ ਖਬਰ ਹੈ। ਤਾਂ ਅਸਤੀਫੇ ਦੀ ਤਾਂ ਫਿਰ ਕੋਈ ਮੇਰੇ ਹਿਸਾਬ ਨਾਲ ਕੋਈ ਫਾਰਮੈਲਿਟੀ ਰਹਿੰਦੀ ਨਹੀਂ ਜਦੋਂ ਟਰਮੀਨੇਟ ਹੀ ਕਰ ਦਿੱਤਾ। ਹੁਣ OSD ਓਮਕਾਰ ਸਿੰਘ ਹੈ, ਉਸ ਤੋਂ ਬਾਅਦ ਇਹ ਗਏ, ਇੱਕ OSD ਹੋਰ ਹੈ ਜਿਹੜਾ ਹਿੱਟ ਲਿਸਟ ਤੇ ਹੈ, ਤੁਸੀਂ ਨੰਬਰ ਪੁੱਛਿਆ ਮੈਂ ਉਹ ਵੀ ਦੱਸ ਦਿੱਤਾ ਇਹਨਾਂ ਤੁਹਾਨੂੰ, ਠੀਕ ਹੈ। ਇਹਦਾ ਮਤਲਬ ਹੈ ਕਿ ਜੋ ਮਾਨ ਸਾਹਿਬ ਦੀ ਜਿਹੜੀ ਕੋਰ ਟੀਮ ਹੈ, ਮਾਨ ਸਾਹਿਬ ਦੀ ਕੋਰ ਟੀਮ ਨੂੰ ਕਮਜ਼ੋਰ ਟੀਮ ਕਰ ਦਿੱਤਾ ਗਿਆ, ਬਿਲਕੁਲ 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 ਕਮਜ਼ੋਰ ਟੀਮ ਕਰ ਦਿੱਤਾ ਗਿਆ। ਹੁਣ ਹੁਣ ਮਾਨ ਸਾਹਿਬ ਕੀ ਹੈ ਕਿ ਮਾਨ ਸਾਹਿਬ ਐਕਟਿਵ, ਦੋ ਚੀਜ਼ਾਂ ਨੇ, ਮਾਨ ਸਾਹਿਬ ਬਹੁਤ ਐਕਟਿਵ ਮੋਡ ਦੇ ਵਿੱਚ ਆ। ਇੱਕ ਤੇ ਉਹ ਕਿ ਕੰਮ ਕਰਕੇ ਵਿਖਾਉਣਾ ਚਾਹੁੰਦੇ ਆ, ਚਾਹੇ ਉਹ ਬਾਇਓਗੈਸ ਵਾਲਾ ਮਾਮਲਾ ਹੋਵੇ, ਉਹਦੇ ਚ ਉਹਨਾਂ ਨੇ ਕਿਸਾਨਾਂ ਨਾਲ ਗੱਲ ਕੀਤੀ, ਨਿਬੇੜ ਲਿਆ, ਅੱਛਾ ਹੋਇਆ। ਫਿਰ ਇਸ ਤੋਂ ਬਾਅਦ ਉਹ ਸ਼ੈਲਰ ਮਾਲਕ ਆੜਤੀ ਇਤਿਹਾਦਿਕ ਦੇ ਨਾਲ ਲਗਾਤਾਰ ਸਰਗਰਮ ਨੇ, ਲਗਾਤਾਰ ਇਹਨਾਂ ਦੇ ਨਾਲ ਸੰਪਰਕ 'ਚ ਨੇ, ਯਾਨੀ ਇੱਕ ਪਾਸੇ ਉਹ ਕੰਮ ਕਰਕੇ ਦਿਖਾ ਰਹੇ ਆ ਕਿ ਮੈਂ ਐਕਟਿਵ ਹਾਂ, ਬਿਮਾਰੀ ਤੋਂ ਬਾਅਦ ਉੱਪਰ ਗਿਆ। ਤਾਂ ਪਰ ਦੂਸਰੇ ਪਾਸੇ ਜਦੋਂ ਕੋਰ ਟੀਮ ਛਾਂਗੀ ਜਾ ਰਹੀ ਆ ਤਾਂ ਉਹ ਬਿਲਕੁਲ ਚੁੱਪ ਨੇ, ਖਾਮੋਸ਼ ਨੇ, ਕੁਛ ਕਰ ਨਹੀਂ ਪਾ ਰਹੇ। ਇਹਦਾ ਮਤਲਬ ਕੀ ਹੈ ਕਿ ਕੁਰਸੀ ਨਾਲ ਵਜਿਆ ਸ਼ਖਸ ਇੱਕ ਲਾਚਾਰ ਬੇਬਸ ਨਜ਼ਰ ਆਉਂਦਾ। ਉਸ ਕੁਰਸੀ ਦੀ ਮੈਂ ਐਕਸਪਾਇਰੀ ਤੁਹਾਨੂੰ ਪਹਿਲਾਂ ਹੀ ਦੱਸ ਦਿੱਤੀ ਸੀਗੀ ਕਿ ਮੇਰੀ ਨਜ਼ਰ ਦੇ ਵਿੱਚ ਹਰਿਆਣਾ ਇਲੈਕਸ਼ਨ, ਦਿੱਲੀ ਇਲੈਕਸ਼ਨ ਤੱਕ ਉਹ ਸੇਫ ਹੈ। ਮੈਂ ਕਿਸੇ ਦੀ ਗੱਲ ਨੂੰ ਕਦੇ ਰੱਦ ਨਹੀਂ ਕਰਦਾ, ਹਰੇਕ ਬੰਦੇ ਦੀ ਆਪਣੀ ਜਾਣਕਾਰੀ, ਪਰ ਜਿੰਨਾ ਕੁ ਮੇਰਾ ਮੰਨਣਾ ਸੀ ਕਿ ਹਰਿਆਣਾ ਤੇ ਦਿੱਲੀ ਦਾ ਇਲੈਕਸ਼ਨ ਇਹ ਦੋ ਮਹੱਤਵਪੂਰਨ ਪੜਾਅ ਹੋਣਗੇ, ਫਿਰ ਜਿੱਥੇ ਜਾ ਕੇ ਨਵੇਂ ਸਿਰੇ ਤੋਂ ਚੈੱਕ ਕੀਤਾ ਜਾਏਗਾ। ਜਿਵੇਂ ਗਾਣਾ ਵੀ ਚੱਲਦਾ ਨਾ ਅੱਜ ਕੱਲ੍ਹ, ਮੁੰਡੇ ਸੁਣਦੇ ਚੈੱਕ ਕਰ ਗੱਭਰੂ ਦੀ ਰਫਤਾਰ, ਕੁਛ ਇਸ ਤਰ੍ਹਾਂ ਦਾ, ਉਹ ਫਿਰ ਚੈੱਕ ਕੀਤਾ ਜਾਏ ਜੀ। ਹਾਂਜੀ
ਮਿੰਟ ਦੇ ਖਬਰਾਂ ਦੇ ਵਿੱਚ ਸੁਰੱਖਿਆ ਦੇ ਵਿੱਚ ਕਿ ਅੱਜ ਰੋਕੀਆਂ ਜਾਣਗੀਆਂ ਰੇਲਾਂ, ਕੀ ਕਹਿਣਾ ਚਾਹੋਗੇ? ਮਾਣਕ ਨੇ ਗਾਇਆ ਸੀਗਾ ਸਾਡੇ ਪਿੰਡ ਤੇ, ਸਾਡੇ ਪਿੰਡ ਦੇ ਸਟੇਸ਼ਨ ਤੇ ਨਾ ਰੁਕਦੀਆਂ ਰੇਲਾਂ, ਤੇ ਇਹ ਸਾਡੇ ਕਿਸਾਨ ਆਗੂ ਉਹ ਕਹਿੰਦੇ ਆਪਾਂ ਰੁਕ ਦਿੰਦੇ ਹਾਂ, ਕੋਈ ਚੱਕਰ ਹੀ ਨੀ ਹੈਗਾ, ਰੇਲਾਂ ਕਿੱਥੇ ਰੁਕ, ਦੱਸੋ ਸਹੀ ਕਿੱਥੇ ਜਾਮ ਕਰਾਉਣਾ ਚੱਕਾ। ਸੋ ਇਹ ਭੰਧੇਰ ਸਾਹਿਬ ਹੈ ਜੀ, ਜਿਹਨਾਂ ਬਾਰੇ ਕੱਲ ਵੀ ਭੰਧੇਰ ਸਾਹਿਬ, ਹਾਂਜੀ ਭੰਧੇਰ ਸਾਹਿਬ ਤੁਹਾਨੂੰ ਪਤਾ ਹੀ ਆ ਜਿਸ ਤਰ੍ਹਾਂ ਦੇ ਉਹਨਾਂ ਦੇ ਐਕਸ਼ਨ ਹੁੰਦੇ ਨੇ ਕਿਸਾਨ ਆਗੂ ਦੇ ਤੌਰ ਤੇ, ਉਹ ਬਸ ਇੱਕ ਕੁਛ ਬੰਦੇ ਉਹਨਾਂ ਨੇ ਬਿਠਾ ਰੱਖੇ ਨੇ ਉੱਥੇ ਸ਼ੰਭੂ ਤੇ, ਠੀਕ ਹੈ ਜੀ, ਹੁਣ ਚੁੱਪ ਕਰਕੇ ਬੈਠੇ ਆ ਮੁੰਡਾ ਮਰਵਾ ਕੇ। ਤੋ ਗੱਲ ਇਹ ਆ ਕਿ ਉੱਥੇ ਚੁੱਪ ਕਰਕੇ ਬੈਠੇ ਸੀਗੇ, ਹੁਣ ਨਹੀਂ ਕੋਈ ਖਬਰਾਂ ਮਿਲਦੀਆਂ, ਨਹੀਂ ਸੁਰਖੀਆਂ ਮਿਲਦੀਆਂ, ਰੇਲ ਰੋਕ ਲਓ ਜੀ। ਹੁਣ ਗੱਲ ਇਹ ਆ ਕਿ ਦੇਖੋ, ਮੈਂ ਕੋਈ ਕ੍ਰਿਟੀਸਿਜ਼ਮ ਇੱਦਾਂ ਬੇਵਜ੍ਹਾ ਨਹੀਂ ਕਰ ਰਿਹਾ, ਸਭ ਗੱਲ ਇਹ ਆ ਕਿ ਇੱਕ ਪਾਸੇ ਤੇ ਅਸੀਂ ਰੋਣ ਡਏ ਆ ਕਿ ਸਾਡਾ ਚੌਲ ਇੱਥੋਂ ਨਿਕਲੇ ਤੇ ਅਸੀਂ ਨਵਾਂ ਚੌਲ ਲਾਈਏ, ਤੇ ਤੁਸੀਂ ਫੇਰ ਅੱਜ ਦੁਪਹਿਰੇ ਉੱਥੇ ਰੇਲਾਂ ਦੇ ਉੱਥੇ ਬਹਿ ਜਾਓਗੇ, ਠੀਕ ਹੈ, ਪ੍ਰਸ਼ਾਦਾ ਪਾਣੀ ਛਕੋਗੇ 3-4 ਘੰਟੇ, ਠੀਕ ਹੈ ਜੀ, ਫੇਸਬੁੱਕਾਂ ਤੇ ਲਾਈਵ ਕਰਕੇ ਉੱਠ ਜਾਓਗੇ, ਤਾਂ 3-4 ਘੰਟਿਆਂ ਚ ਜਿਹੜੀ ਕੋਈ ਮੂਵਮੈਂਟ ਹੋਣੀ ਹੈ ਯਾਤਰੀਆਂ ਦੀ, ਛੱਡੋ ਉਹਨਾਂ ਦੀ ਤਾਂ ਤੁਸੀਂ ਪਰਵਾਹ ਹੀ ਨਹੀਂ ਕਰਦੇ। ਤਾਂ ਜਿਹੜਾ ਚੌਲ ਨਿਕਲਣਾ, ਮੰਨ ਲਓ ਰਹਿਕ ਨਿਕਲਣੇ ਆ ਕਿਤੋਂ, ਕੋਈ 2 ਹੈ 4 ਹੈ 6 ਹੈ ਜਿੰਨੇ ਵੀ ਨਿਕਲਣੇ ਆ ਜੇ ਲੱਗੇ ਆ, ਉਹ ਘੱਟੋ ਘੱਟ ਆਪਦਾ ਹੀ ਸੋਚ ਲਓ ਯਾਰ, ਆਪਦਾ ਹੀ ਸੋਚ ਲਓ ਕਿ ਇੱਕ ਪਾਸੇ ਤੇ ਅਸੀਂ ਵਕਤਾਂ ਨੂੰ ਫੜੇ ਆ ਕਿ ਭਾਈ ਕਿਸੇ ਤਰੀਕੇ ਨਾਲ ਸਾਡੀ ਚੌਲਾਂ ਦੀ ਮੂਵਮੈਂਟ ਹੋ ਜਾਵੇ, ਸਾਨੂੰ ਸਪੇਸ ਮਿਲ ਜਾਵੇ, ਸਾਡੇ ਸ਼ੈਲਰ ਮਾਲਕ ਨੇ ਜਿਹੜੇ ਉਹਨਾਂ ਦਾ ਕਾਰੋਬਾਰ ਬਾਈ ਚੱਲੇ, ਉਹਨਾਂ ਨੇ ਲਿਮਟਾਂ ਚੱਕੀਆਂ ਨੇ, ਲੋਨ ਚੱਕੇ ਆ ਉਹਨਾਂ ਨੇ, ਉਹਨਾਂ ਦਾ ਸੀਜ਼ਨ ਲੱਗੇ, ਤੇ ਦੂਸਰੇ ਪਾਸੇ ਅਸੀਂ ਆਪਣੇ ਪੈਰਾਂ ਤੇ ਕੁਹਾੜੀ ਕੀ, ਅਸੀਂ ਤੇ ਕੁਹਾੜੀ ਤੇ ਪੈਰ ਕਸਾਈ ਜਾਂਦੇ ਹਾਂ। ਸੋ ਇਹ ਸਪਣ ਸਿੰਘ ਭੰਧੇਰੂਰੀ ਉਹ ਆ, ਲਾਲਾ ਲਾਲਾ ਕਰਕੇ ਲੈ ਗਏ ਮੁੰਡਿਆਂ ਨੂੰ ਲਾਲ ਕਿਲੇ ਤੇ, ਜਦੋਂ ਉਹਨਾਂ ਨੇ ਉੱਥੇ ਝੰਡਾ ਝੁੰਡਾ ਲਾ ਤਾ ਤੇ ਮੁੜ ਕੇ ਲੱਤਾਂ ਕੰਬਲ ਲੱਗ ਗਈਆਂ, ਅਸੀਂ ਵੀਡੀਓ ਕੱਢ ਕੇ ਦੇਖ ਲਓ। ਅੱਛਾ ਮੇਰੇ ਜੀ, ਵਾਈਂਡ ਅਪ ਕਰਾਂਗੇ, ਸਮਾਂ ਸਾਡੇ ਕੋਲ ਥੋੜਾ ਹੈ। ਪੰਜਾਬ ਦੇ ਵਿੱਚ ਅਸੀਂ ਵੀ ਜਦੋਂ ਚਲੋ ਗੱਭਰੂ ਹੋ ਰਹੇ ਸਨ ਚੋਣਾਂ, ਅਸੀਂ ਵੀ ਵੇਖੀਆਂ ਪੰਚਾਇਤੀ, ਵੱਡ ਵਡਾਂਗਾ ਹੁੰਦਾ ਹੀ ਸੀਗਾ, ਉਦੋਂ ਦੋ ਹੀ ਪਾਰਟੀਆਂ ਹੁੰਦੀਆਂ ਸੀ, ਅਕਾਲੀ ਕਾਂਗਰਸ ਸੀ, ਕੋਈ ਉੱਧਰ ਪਿਆ ਹੁੰਦਾ ਸੀ, ਕੋਈ ਉੱਧਰ ਪਿਆ ਹੁੰਦਾ ਸੀ, ਖੇਤਾਂ 'ਚ ਸਵੇਰੇ ਪਰਚੇ ਹੁੰਦੇ ਸੀ। ਕਟਾਰੀਆ ਦੇ ਮੁੰਡੇ ਅਤੇ ਜੀਰਾ ਦੋਵੇਂ ਨਾਮਜ਼ਦ ਵੇਖ ਰਿਹਾ ਸੀ, ਲਹੂ ਲੁਹਾਣ ਹੋਏ ਫਿਰਦੇ ਨੇ ਜੀਰਾ ਸਾਹਿਬ, ਕੀ ਕਹਿਣਾ ਚਾਹੋਗੇ? ਲੰਮਾ ਵਿਸ਼ਾ ਹੈ, ਇਹਦੇ 'ਚ ਮੈਂ ਬਸ ਸੰਖੇਪ 'ਚ ਕਹੂੰਗਾ ਕਿ 700 ਬੰਦਾ ਨਾਮਜ਼ਦ ਹੋਇਆ ਪਰਚੇ 'ਚ। ਇੰਟਰਸਟਿੰਗ ਗੱਲ ਹੈ ਕਿ ਕੁਲਬੀਰ ਜੀਰਾ ਤੇ ਉਧਰੋਂ ਸ਼ੰਕਰ ਕਟਾਰੀਆ, ਨਰੇਸ਼ ਕਟਾਰੀਆ ਜੀ ਦੇ ਜਿਹੜੇ ਸਪੁੱਤਰ ਆ, ਦੋਨਾਂ ਨੂੰ ਕਹਿੰਦੇ ਕਿ ਬਾਈ ਨੇਮ ਰੱਖਿਆ, ਹਾਲਾਂਕਿ ਅਧਿਕਾਰਤ ਤੌਰ ਤੇ ਪੁਲਿਸ ਪੁਸ਼ਟੀ ਨਹੀਂ ਕਰਦੀ। ਇਹ ਚਮਕੀਲੇ ਨੇ ਆਖਿਆ ਸੀ ਦੋਵੇਂ ਧਿਰਾਂ ਇੱਕੋ ਜਿਹੀਆਂ ਹੋ ਜੂ ਹੋਣੇ ਨਵੇੜਾ, ਇਹ ਦੋਵੇਂ ਧਿਰਾਂ ਉੱਥੇ ਜੀਰੇ 'ਚ ਇੱਕੋ ਜਿਹੀਆਂ, ਮੈਂ ਬਸ ਇਹਨੂੰ ਸੰਖੇਪ 'ਚ ਮੁਕਤਸਰ ਐਂ ਅਰਜ਼ ਕਰ ਦਿੰਦਾ। ਰਾਜਾ ਵੜਿੰਗ ਕਾਫੀ ਗਰਜਿਆ, ਸ਼ਾਬਾਸ਼, ਉਹਨੇ ਕਿਹਾ ਕਿ ਮੇਰੇ ਸਾਥੀਆਂ ਦੇ ਨਾਲ ਖੜਾ ਮੈਂ, ਇਹ ਗੱਲ ਉਹਨੇ ਕਹੀ ਹੈ। ਨਹੀਂ ਚਲੋ, ਰਾਜਾ ਵੜਿੰਗ ਉਹਨਾਂ ਦੀ ਉਹ ਪੋਲਿਟਿਕਸ ਹੈ ਸਾਹਿਬ, ਉਹਨਾਂ ਨੇ ਤੇ ਆਪਣੇ ਧੜੇ ਨੂੰ ਕਹਿਣਾ, ਪਰ ਗੱਲ ਇਹ ਹੈ ਕਿ ਉੱਥੇ ਉੱਥੋਂ ਦੇ ਇਲਾਕੇ ਦੇ ਲੋਕਾਂ ਨੂੰ ਪੁੱਛਿਓ ਕਿ ਇਹ ਦੋਨੇ ਧੜੇ ਕਿਸ ਤਰ੍ਹਾਂ ਦੇ, ਕੋਈ ਘੱਟ ਨਹੀਂ ਹੈ, ਬਿਲਕੁਲ ਸਾਰਿਆਂ ਕੋਲ ਹੀ ਮਾਸਟਰ ਸਟ੍ਰੋਕ ਹੁੰਦੇ ਆ, ਸਾਰੇ ਇਹ ਜਿਹੜੇ ਕੁਲਬੀਰ ਜੀਰਾ ਇਹਦੇ ਕੋਲ ਵੀ ਤਰ੍ਹਾਂ ਤਰ੍ਹਾਂ ਦੇ ਸਟ੍ਰੋਕ ਆ, ਇਹ ਸਵੀਪ ਵੀ ਮਾਰ ਲੈਂਦੇ ਆ, ਹੁੱਕ ਵੀ ਮਾਰ ਲੈਂਦੇ ਆ, ਇਹ ਮਤਲਬ ਕਿ ਸਟੇਟ ਰੈਪ ਵੀ ਖੇਡ ਲੈਂਦੇ ਆ, ਉਧਰੋਂ ਨਰੇਸ਼ ਕਟਾਰੀਆਂ ਹੋਰੀ ਵੀ ਉਹੋ ਜਿਹੇ, ਤਾਂ ਮਤਲਬ ਉੱਥੇ ਯੁੱਗ ਨੂੰ ਯੁੱਗ ਟੱਕਰਿਆ ਹੋਇਆ। ਤਾਂ ਗੱਲ ਇਹ ਆ ਕਿ ਇਹੀ ਸ਼ਿਕਾਇਤਾਂ ਇਹਨਾਂ ਦੀਆਂ ਆਉਂਦੀਆਂ ਹੁੰਦੀਆਂ ਸੀ ਜਦੋਂ ਇਹਨਾਂ ਦਾ ਰਾਜ ਸੀਗਾ, ਤੇ ਦੋ ਧਿਰਾਂ ਉੱਥੇ ਭਿੜੀਆਂ ਨੇ। ਹੁਣ
ਵੀਡੀਓ ਚ ਦੇਖੋਗੇ ਤਾਂ ਦੋਨਾਂ ਦੇ ਕੋਲ ਹੀ ਸੰਦ ਸਮਾਨਾ ਬਹੁਤ ਹੈ, ਪਰ ਪੁਲਿਸ ਵੀ ਕਮਾਲਦੀ ਹੈ ਕਿ ਟਰਾਲੀ ਸੈਂਕੜੇ ਉਹ ਪੱਥਰਾਂ ਵਾਲੀ ਟਰਾਲੀ ਜਿਹੜੀ ਆ ਕਿੰਨੇ ਕੈਮਰਿਆਂ ਚ ਕੈਦ ਹੋਈ ਆ, ਕਹਿੰਦੇ ਜੀ ਅਣ ਪਛਾਤੇ ਬੰਦੇ, ਬੰਦੇ ਪਛਾਣੇ ਨੀ ਗਏ, ਤੇ ਇਹਨਾਂ ਦੀ ਵੀ ਦੋਨਾਂ ਦੀ ਕੋਈ ਪੁਸ਼ਟੀ ਨੀ ਕਰ ਰਹੇ, ਪਰ ਇਹ ਖਬਰਾਂ ਨੇ ਕਿ ਨਾਮਜ਼ਦ ਇਹਨਾਂ ਨੂੰ ਵੀ ਕਰ ਦੋਵੇਂ ਤਰ੍ਹਾਂ ਇੱਕੋ ਜਿਹੀਆਂ ਹੋ ਜੂ ਹੁਣੇ ਨਿਬੇੜਾ। ਤੋ ਕੱਲ ਮਿਲਦੇ ਆ ਮੀਰੂ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ, ਜੀ ਸਰ, ਸਤਿ ਸ਼੍ਰੀ ਅਕਾਲ। You're listening to CNN Toronto, Chawla News Network, Toronto.